ਹੋਵੇਗੀ। ਜਿਹੜੀ ਜੰਗਲ ਦੀ ਅੱਗ ਦੇ ਵਾਂਗ ਪਿਆਰੀ ਸਾਧ ਸਿੰਘ ਜੀ ਵਾਇਰਲ ਹੋ ਰਹੀ ਹੈ। ਇੱਕ ਕਪਲ ਸ਼ਰਮਾ ਹੈ, ਉਹਦੇ ਸ਼ੋਅ ਦੇ ਵਿੱਚ ਇੱਕ ਨੌਜਵਾਨ ਧੀ ਬੋਲਦੀ ਹੈ ਜਿਹਦਾ ਨਾਂ ਹੈ ਭਾਰਤੀ। ਪਿਆਰੀ ਸਾਧ ਸਿੰਘ ਜੀ ਜਿਹਨੂੰ ਪਰਮਾਤਮਾ ਨੇ ਨਾ ਸ਼ਕਲ ਚੰਗੀ ਦਿੱਤੀ ਤੇ ਨਾ ਅਕਲ ਚੰਗੀ ਦਿੱਤੀ ਤੇ ਨਾ ਜ਼ੁਬਾਨ ਹੀ ਚੰਗੀ ਦਿੱਤੀ, ਜਿਹੜੀ ਔਰਤ ਸੰਸਾਰ ਦੇ ਉੱਤੇ ਟੀਵੀ ਦੇ ਸਾਹਮਣੇ ਬੈਠ ਕੇ ਆਪਣੇ ਤਨ ਨੂੰ ਨਹੀਂ ਕੀ ਢੱਕ ਸਕਦੀ, ਉਹ ਔਰਤ ਸਿੱਖ ਕੌਮ ਉੱਤੇ ਇੱਕ ਕਮੈਂਟ ਕਰ ਦੇਵੇ ਤੇ ਸਿੱਖ ਕੌਮ ਦੇ ਹਿਰਦੇ ਬੁਲੰਦਰੇ ਗਏ। ਉਹਨੇ ਚੱਲਦੇ ਹੋਏ ਸ਼ੋਅ ਦੇ ਵਿੱਚ ਮੀਡੀਏ ਦੇ ਸਾਹਮਣੇ ਖਲੋ ਕੇ ਇਹ ਗੱਲ ਸਾਹਮਣੇ ਬੈਠੀ ਹੋਈ ਇੱਕ ਕੁੜੀ ਨੂੰ ਆਖੀ ਕਿ ਤੁਸੀਂ ਕੇਸਾਧਾਰੀ ਦਾੜੇ ਵਾਲੇ ਵੀਰ ਦੇ ਨਾਲ ਵਿਆਹ ਕਰਨਾ ਚਾਹੁੰਦੇ ਜੋ, ਉਹਨੇ ਇਨਕਾਰ ਕਰ ਦਿੱਤਾ। ਉਹ ਜਿਹੜੀ ਭਾਰਤੀ ਹੈ ਤੇ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ ਤੇ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਪੈਸਿਆਂ ਵਾਸਤੇ ਆਪਣੇ ਜਿਸਮ ਦੀ ਨੁਮਾਇਸ਼ ਕਰਦੀ ਏ, ਉਹ ਕਹਿੰਦੀ ਦਾੜੀ ਵਾਲਿਆਂ ਦੇ ਨਾਲ ਵਿਆਹ ਕਰਾਉਣ ਦੇ ਫਾਇਦੇ ਨੇ। ਫਾਇਦਾ ਕੀ ਏ? ਦਾੜੀ ਦਾ ਵਾਲ ਮੂੰਹ ਵਿੱਚ ਪੈ ਜੇ ਉਹ ਮਹਿਸੂਸ ਹੋਵੇਗਾ ਜਿਵੇਂ ਕੋਈ ਬੰਦਾ ਸੇਵੀਆਂ ਖਾ ਰਿਹਾ ਹੋਵੇ। ਕਈ ਭੈਣਾਂ ਐਸੀਆਂ ਨੇ ਦਾੜੀ ਵਾਲਿਆਂ ਵੀਰਾਂ ਨਾਲ ਵਿਆਹ ਕਰਾਉਂਦੀਆਂ ਨੇ, ਉਹਨਾਂ ਨੂੰ ਕੰਮ ਲੱਭ ਜਾਂਦਾ ਹੈ ਦਾੜੀ ਦੇ ਵਿੱਚੋਂ ਜੂਆ ਕੱਢਣ ਦਾ। ਇਹ ਸਾਡੀ ਦਾੜੀ ਤੇ ਕੇਸਾਂ ਬਾਬਤ ਬੋਲਦੇ ਜਿਨ੍ਹਾਂ ਕੋਲੋਂ ਆਪਣੀ ਇੱਜ਼ਤ ਬਚਾਉਣ ਦੀ ਤਾਕਤ ਨਹੀਂ ਸੀ। ਜੇ ਕਿਤੇ ਦਾੜੀਆਂ ਵਾਲੇ ਇਹ ਕੇਸਾਂ ਵਾਲੇ ਇਹ ਕਲਗੀਧਰ ਪਾਤਸ਼ਾਹ ਦੇ ਸਿੰਘ ਨਾ ਆਉਂਦੇ ਤੇ ਗਜਨੀ ਦੇ ਬਾਜ਼ਾਰਾਂ ਵਿੱਚ ਇਹਨਾਂ ਲੋਕਾਂ ਦੀਆਂ ਇੱਜ਼ਤਾਂ ਟਕੇ ਟਕੇ ਉੱਤੇ ਅਬਦਾਲੀ ਵੱਲੋਂ ਵੇਚੀਆਂ ਜਾਣੀਆਂ ਸਨ। ਇਹਨਾਂ ਦਾੜੀਆਂ ਵਾਲੀ ਦੀ ਬਦੌਲਤ ਇਹਨਾਂ ਦੀਆਂ ਇੱਜ਼ਤਾਂ ਧੀਆਂ ਭੈਣਾਂ ਛੜਾ ਕੇ ਇਹਨਾਂ ਦੇ ਘਰ ਵਿੱਚ ਘੱਲੀਆਂ। ਅੱਜ ਉਹ ਦਾੜੀ ਵਾਲਿਆਂ ਉੱਤੇ ਕਮੈਂਟ ਕਰਨਾ ਇਹ ਸਿੱਖ ਕੌਮ ਕਦੇ ਜ਼ਿੰਦਗੀ ਵਿੱਚ ਬਰਦਾਸ਼ਤ ਨਹੀਂ ਕਰੇਗੀ। ਤੁਸੀਂ ਜੋ ਮਰਜ਼ੀ ਬੋਲੋ ਆਪਣੇ ਵਾਸਤੇ, ਅਸੀਂ ਕਿਸੇ ਨੂੰ ਡੱਕਦੇ ਨਹੀਂ, ਪਰ ਕੋਈ ਸਾਡੇ ਧਰਮ ਉੱਤੇ ਨਿਸ਼ਾਨਾ ਸਾਧੇ ਸਿੱਖ ਕੌਮ ਕਦੇ ਬਰਦਾਸ਼ਤ ਨਹੀਂ ਕਰੇਗੀ। ਇਹਦੀ ਨਿੰਦਿਆ ਸਿੱਖਾਂ ਨੇ ਨਹੀਂ, ਹਰ ਇੱਕ ਧਰਮ ਨੇ ਕੀਤੀ ਏ ਕਿ ਸਿੱਖ ਕੌਮ ਇੱਕ ਐਸੀ ਕੌਮ ਹੈ ਜਿਹਨੇ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਬਚਾਈ ਹੈ। ਇਸੇ ਕਰਕੇ ਇਹ ਕੌਮ ਸਤਿਗੁਰ ਦੇ ਪਾਵਨ ਚਰਨਾਂ ਵਿੱਚ ਇੱਕ ਦਿਨ ਵਿੱਚ ਦੋ ਵਾਰ ਅਰਦਾਸ ਕਰਦੀ ਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਕੌਮ ਨੇ ਕਦੀ ਆਪਣਾ ਭਲਾ ਨਹੀਂ ਕੱਲਿਆ ਮੰਗਿਆ, ਸਰਬੱਤ ਦਾ ਭਲਾ ਮੰਗਿਆ ਏ। ਸਰਬੱਤ ਦੇ ਭਲੇ ਦੇ ਅੰਦਰ ਪਿਆਰੀ ਸਾਧ ਸਿੰਘ ਜੀ ਸੰਸਾਰ ਉੱਤੇ ਵਸਣ ਵਾਲੀ ਹਰ ਇੱਕ ਕੌਮ ਦਾ ਇਨਸਾਨ ਆਉਂਦਾ ਏ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ, ਜਿਹਨੇ ਮਾੜੀ ਜ਼ੁਬਾਨ ਜਿਨ੍ਹਾਂ ਦੀ ਜ਼ੁਬਾਨ ਪਾਟੀ ਹੋਈ ਏ, ਸਤਿਗੁਰੂ ਜੀ ਕਿਰਪਾ ਕਰਨ ਇਹਨਾਂ ਨੂੰ ਸਮਾਧ ਆ ਜਾਵੇ ਤੇ ਕਿਸੇ ਦੀ ਬਾਬਤ ਕੋਈ ਮਾੜਾ